ਇਹ ਦੇਖੋ ਜੀ, ਇਹ ਕਲੱਚ ਖੁੱਲ੍ਹ ਗਿਆ ਸੀ ਸਾਡਾ, ਅਤੇ ਕੱਢਣ ਨੂੰ ਅਸੀਂ ਸਟਾਰਟ ਕੀਤਾ ਅਤੇ ਕਲੱਚ ਖੁੱਲ੍ਹ ਗਿਆ ਹੈ। ਇਹਨੂੰ ਦੇਖੋ ਜੀ ਕਿਸ ਤਰ੍ਹਾਂ ਅਸੀਂ ਫਿਟਿੰਗ ਕਰਨੀ ਹੈਗੀ, ਇਹ ਤੁਹਾਨੂੰ ਵਿਖਾਉਂਦੇ ਹਾਂ ਭਾਈਓ। ਅਤੇ ਮੇਰੇ ਦੋਸਤੋ ਇਹ ਵੇਖੋ, ਇੰਝ ਕਲੱਚ ਨੂੰ ਫਿਟਿੰਗ ਕਰਨੀ ਹੈਗੀ ਇਹਦੀ, ਇਸ ਤਰ੍ਹਾਂ ਇੰਝ ਵਿਖਾਇਆ ਕਰੋ, ਠੀਕ ਹੈ। ਇਹ ਵੇਖੋ ਨਾ, ਇਸ ਤਰੀਕੇ ਨਾਲ ਇਹਨੂੰ ਫੜ ਕੇ ਨਾ, ਇਸ ਤਰੀਕੇ ਨਾਲ ਹੀ ਤੁਸੀਂ ਇਹਨੂੰ ਫਿਟਿੰਗ ਕਰਨੀ ਹੈਗੀ ਕਲੱਚ ਦੀ, ਠੀਕ ਹੈ ਜੀ। ਇਸ ਤਰੀਕੇ ਨਾਲ ਇੱਕ ਇਹਦਾ ਸਪਰਿੰਗ ਵਿੱਚ ਆ ਗਿਆ, ਠੀਕ ਹੈ। ਅਤੇ ਉਹਦੇ ਬਾਅਦ ਇਹ ਵੇਖੋ ਨਾ, ਇਹਦੇ 'ਤੇ ਪਹਿਲੇ ਐਲਾਨੀ ਹੈਗੀ ਹੈ, ਇਹ ਐਲ ਗਰਾਰੀ ਹੈ, ਪੰਪ ਨੂੰ ਚਲਾਉਂਦੀ ਹੈ, ਠੀਕ ਹੈ ਜੀ। ਇਸ ਇਹ ਵੇਖੋ, ਇਹ ਘੁੰਮਦੀ ਹੈ ਜਦੋਂ ਇਹ, ਉਸ ਤੋਂ ਬਾਅਦ ਫਿਰ ਇਹ ਪਾਉਣਾ ਹੈਗਾ ਵੇਰਿੰਗ, ਠੀਕ ਹੈ ਜੀ। ਇਹ ਵੀ ਲਾ ਗਿਆ, ਫਿਰ ਉਹਦੇ ਬਾਅਦ ਇਹ ਟਰੰਪ ਪਾਉਣਾ, ਟਰੰਪ ਦੇ ਨਾਲ ਲੱਗਣੀ ਹੈ ਚੇਨ ਗਰਾਰੀ, ਠੀਕ ਹੈ ਜੀ। ਇਹਨੂੰ ਇਸ ਜਗ੍ਹਾ 'ਤੇ ਲਾਉਣਾ ਹੈਗਾ, ਇਸ ਜਗ੍ਹਾ 'ਤੇ, ਠੀਕ ਹੈ। ਸਹੀ ਹੈ, ਇਹਨੂੰ ਇਸ ਤਰੀਕੇ ਨਾਲ ਲਾਉਣਾ ਹੈਗਾ। ਇਹ ਦੇਖੋ, ਇਹ ਚੇਨ ਗਰਾਰੀ ਵੀ ਵਿੱਚ ਹੀ ਆ ਗਈ ਹੈ, ਐਲ ਪੰਪ ਵਾਲੀ ਵੀ ਗਰਾਰੀ ਵਿੱਚ ਹੀ ਆ ਗਈ ਹੈ, ਠੀਕ ਹੈ। ਅਤੇ ਇਹ ਲੱਗਦੀ ਇਹਦੇ ਨਾਲ ਬਾਸ਼ਲ, ਇਹ ਟਰੰਪ ਦੇ ਨਾਲ ਨਾ ਇਹ ਬਾਸ਼ਲ ਲਾਇਆ ਕਰੋ, ਇਹ ਬਾਸ਼ਲ ਨਹੀਂ ਹੋਏਗੀ, ਫਿਰ ਇਹ ਕਲੱਚ ਦੇ ਨਾਲ ਹੀ ਚੱਲੇਗਾ ਸਾਰਾ ਸਿਸਟਮ। ਇਹ ਦੇਖੋ, ਇਹ ਕਲੱਚ ਦੇ ਨਾਲ ਆ ਗਈ ਹੈ, ਇਹ ਨਹੀਂ ਘੁੰਮਦੀ, ਇਹ ਆਪਣੀ ਜਗ੍ਹਾ 'ਤੇ ਖਲੋਤੀ ਹੈ, ਠੀਕ ਹੈ। ਅਤੇ ਮੇਨ ਚੀਜ਼ ਤੁਹਾਨੂੰ ਦੱਸਾਂਗੇ ਬਾਈਓ, ਭਰਾਓ, ਇਹਦਾ ਕਲੱਚ ਦੇ ਬਾਰੇ 'ਚ, ਠੀਕ ਹੈ ਨਾ। ਇਹ ਵੇਖ ਲਓ ਅਸੀਂ ਕਿਸ ਤਰੀਕੇ ਨਾਲ ਇਹਨੂੰ ਫਿਟਿੰਗ ਕਰਨੀ ਹੈਗੀ ਹੈ, ਠੀਕ ਹੈ ਨਾ। ਇਹ ਇਸ ਤਰੀਕੇ ਨਾਲ ਇਹਨੂੰ ਟਰੰਪ ਦੇ ਅੰਦਰ ਰੱਖਣਾ ਹੈਗਾ, ਇਸ ਤਰੀਕੇ ਨਾਲ, ਠੀਕ ਹੈ। ਇਹ ਆ ਗਿਆ ਨਾ ਅੰਦਰ, ਅਤੇ ਉਸ ਤੋਂ ਬਾਅਦ ਇਹ ਚੀਜ਼ ਲਾਉਣੀ ਹੈ ਤੁਸੀਂ ਇਸ ਤਰੀਕੇ ਨਾਲ, ਇਹਦੇ ਜਿਵੇਂ ਜਿਵੇਂ ਸੁਰਾਖ ਨੇ ਨਾ ਇਹ ਵਾਲੇ, ਇਸ ਤਰੀਕੇ ਨਾਲ ਇਹਨੂੰ ਇਸ ਤਰ੍ਹਾਂ ਰੱਖਣਾ ਹੈਗਾ, ਠੀਕ ਹੈ ਨਾ। ਇਹ ਇਸ ਤਰ੍ਹਾਂ ਘੁਮਾਈ ਜਾਣਾ, ਇਸ ਤਰੀਕੇ ਇਹਨਾਂ ਦੇ ਸੁਰਾਖਾਂ ਦੇ ਵਿੱਚ ਇਹਨੂੰ ਘੁਮਾਈ ਜਾਓ, ਠੀਕ ਹੈ ਜੀ। ਇਸ ਤਰ੍ਹਾਂ ਆਪਣੇ ਪਲੱਗ ਪਾਣੀ ਦੀ ਮਦਦ ਨਾਲ ਤੁਸੀਂ ਇਹਨੂੰ ਘੁਮਾਈ ਜਾਣਾ, ਇਸ ਤਰੀਕੇ ਨਾਲ। ਠੀਕ ਹੈ ਨਾ, ਇਹ ਆਪਣੀ ਜਗ੍ਹਾ 'ਤੇ ਕਲੱਚ ਫਿਟਿੰਗ ਹੋ ਗਿਆ। ਅੱਗੇ ਨੂੰ ਦਿਖਾ ਤਾ, ਇੰਨੀ ਦੂਰ ਲੈ ਕੇ ਖਲੋਤਾ ਵੀ ਲੈ। ਇਹ ਵੇਖੋ, ਠੀਕ ਹੈ ਨਾ, ਇਹ ਕਲੱਚ ਆਪਣੀ ਜਗ੍ਹਾ 'ਤੇ ਲੱਗ ਗਿਆ। ਇਹ ਪੇਚ ਪਾਉਣੇ ਦੀ ਜ਼ਰੂਰਤ ਹੀ ਨਹੀਂ ਪਏਗੀ, ਇਹਦੇ ਪਲੱਗ ਪਾਉਣੇ ਦੀ ਮਦਦ ਨਾਲ ਤੁਸੀਂ ਇਹਨੂੰ ਘੁਮਾਉਣਾ ਕਰਨਾ ਹੈ। ਇਹ ਤਿੰਨ ਸੁਰਾਖਾਂ ਦੇ, ਇਹ ਤਿੰਨ ਸੁਰਾਖ ਨੇ ਨਾ, ਇਹ ਅਤੇ ਇਹ, ਇਹਨਾਂ ਦੇ ਨਾਲ ਹੀ ਰੱਖਣੀ ਹੈ ਇਹ, ਜਿਹੜਾ ਇਹ ਚੀਜ਼ ਹੈਗੀ ਹੈ। ਅਤੇ ਇਹਨੂੰ ਘੁਮਾਇਆ ਜਾਂਦਾ, ਇਹ ਆਪਣੀ ਜਗ੍ਹਾ 'ਤੇ ਖੁਦ ਹੀ ਆਪਣੀ ਜਗ੍ਹਾ ਬਣਾ ਲੈਂਦਾ ਫਿਰ। ਇਹ ਵੇਖੋ ਜੀ, ਇਹ ਕਲੱਚ ਫਿਟਿੰਗ ਹੋ ਗਿਆ, ਠੀਕ ਹੈ ਜੀ।